ਅਸੀਂ ਇੱਥੇ ਦੀ ਗਵਰਨਮੈਂਟ ਤੋਂ ਤੰਗ ਹੋ ਕੇ ਤੁਸੀਂ ਇਹ ਕਹਿ ਸਕਦੇ ਹੋ ਇੱਕ ਆਪਣੇ ਵੱਲੋਂ ਇਹ ਸੀ ਕਿ ਅੱਛੀ ਗਵਰਨਮੈਂਟ ਦੇ ਕੋਲ ਜਾ ਰਹੇ ਸਾਨੂੰ ਵੀ ਕੁਝ ਇਦਾਂ ਦਾ ਆਈਡੀਆ ਹੀ ਨਹੀਂ ਸੀ ਹੈਗਾ ਕਿ ਕੁਝ ਗਵਰਨਮੈਂਟ ਸਾਡੇ ਨਾਲ ਇਨਡਾਇਰੈਕਟਲੀ ਕਿਉਂਕਿ ਗਵਰਨਮੈਂਟ ਸਾਨੂੰ ਚੀਟ ਕਰੇਗੀ ਜ਼ਿੰਦਗੀ ਜੀ ਤਬਾਹ ਹੋਣ ਦੀ ਕਗਾਰ 'ਤੇ ਲਾਈਫ ਸਪੋਇਲ ਹੋ ਗਈ ਹੈ ਜੀ ਨਾ ਤਾਂ ਤੁਹਾਡੀ ਕੋਈ ਪਰਸਨਲ ਲਾਈਫ ਬਚੀ ਹੈ ਜੀ ਫਾਈਨੈਂਸ਼ੀਅਲ ਤੌਰ 'ਤੇ ਜੀ ਇੰਨੇ ਵੀਕ ਹੋ ਚੁੱਕੇ ਹੈ ਜੀ ਸਾਡਾ ਪ੍ਰੈਜੈਂਟ ਵੀ ਖਰਾਬ ਹੋ ਗਿਆ ਅਤੇ ਸਾਡਾ ਫਿਊਚਰ ਤਾਂ ਸਾਨੂੰ ਦਿਖ ਹੀ ਨਹੀਂ ਰਿਹਾ ਹੈਗਾ ਸਭ ਜਿਹੜੇ ਨੋਰਮਲ ਲੋਕ ਹੈ ਜੀ ਕੋਈ ਇੰਡੀਆ ਦਾ ਪੰਜਾਬੀ ਭਾਈਚਾਰਾ ਜਿਹੜਾ ਇੱਥੇ ਆਪਣਾ ਰਹਿ ਰਿਹਾ ਉਹਨਾਂ ਵਾਸਤੇ ਫੋਰਨ ਦੀ ਗੌਰਮੈਂਟ ਬਹੁਤ ਅੱਛੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਫੋਰਨ ਦੀ ਗੌਰਮੈਂਟ ਹੀ ਸਾਡੇ ਨਾਲ ਕਿੰਨਾ ਧੱਕਾ ਕਰ ਰਹੀ ਹੈ ਰੇਡੀਓ ਸਾਡੇ ਵਾਲਾ ਸਾਡੇ ਵਾਲਾ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਖਰਾਜ ਗਾਖਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਗਾਤਾਰ ਅਸੀਂ ਤੁਹਾਡੇ ਨਾਲ ਪਿਛਲੇ ਦਿਨਾਂ ਤੋਂ ਕੁਝ ਸਟੋਰੀਆਂ ਲੈ ਕੇ ਆ ਰਹੇ ਹਾਂ ਜਿਹੜੀਆਂ ਕਿ ਮਾਈਗ੍ਰੈਂਟਸ ਦੀਆਂ ਸਟੋਰੀਆਂ ਨੇ ਨਿਊਜ਼ੀਲੈਂਡ ਬਾਰਡਰ ਕ੍ਰੋਸ ਹੋਣ ਦੇ ਨਾਲ ਕਿਵੇਂ ਲੋਕਾਂ ਨੂੰ ਇਸ ਚੀਜ਼ ਨੇ ਪ੍ਰਭਾਵਿਤ ਕੀਤਾ ਉਹ ਕਹਾਣੀਆਂ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ ਹਾਲਾਂਕਿ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਤੋਂ ਇੰਡੀਆ ਪਰਤੇ ਸੀ ਅਸੀਂ ਉਹਨਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆਉਂਦੀਆਂ ਪਰ ਬਹੁਤ ਸਾਰੇ ਐਵੇਂ ਦੇ ਵੀ ਲੋਕ ਸੀ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਸੀ ਤਿਆਰੀਆਂ ਪੂਰੀਆਂ ਸੀ ਟਿਕਟ ਕਰਾ ਲਈ ਸੀ ਹਸਬੈਂਡ ਵਾਈਫ ਦੇ ਵਿੱਚੋਂ ਇੱਕ ਜਣਾ ਜਿਹੜਾ ਪਾਰਟਨਰ ਜਿਹੜਾ ਉਹਨਾਂ ਦਾ ਆਲਰੇਡੀ ਨਿਊਜ਼ੀਲੈਂਡ ਦੇ ਵਿੱਚ ਸੀ ਅਤੇ ਇੰਡੀਆ ਤੋਂ ਤਿਆਰੀਆਂ ਸੀ ਪਰ ਸਮ ਹਾਓ ਬਾਰਡਰ ਕਲੋਜ਼ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਸਾਰੀਆਂ ਰੀਝਾਂ ਜਿਹੜੀਆਂ ਉਹ ਹਾਲੇ ਅਧੂਰੀਆਂ ਰਹਿ ਗਈਆਂ ਨੇ ਸੋ ਮੇਰੇ ਨਾਲ ਇਸ ਸਮੇਂ ਨੇ ਜਗਵਿੰਦਰ ਬਾਈ ਹੁਣੀ ਜਿਨ੍ਹਾਂ ਦੇ ਵਾਈਫ ਜਿਹੜੇ ਆ ਉਹ ਕ੍ਰਾਈਸਿਸ ਦੇ ਵਿੱਚ ਨੇ ਅਤੇ ਬਾਈ ਦਾ ਵੀਜ਼ਾ ਜਿਹੜਾ ਲੱਗ ਚੁੱਕਿਆ ਸੀ ਟਿਕਟ ਵੀ ਕਰਾ ਲਈ ਸੀ ਬਾਈ ਕਿਵੇਂ ਸਾਰਾ ਕੁਝ ਹੋਇਆ ਮਤਲਬ ਸਾਨੂੰ ਐਕਸਪਲੇਨ ਕਰੋ ਕਿ ਕਿੰਨੀ ਤਰੀਕ ਤੁਹਾਡਾ ਵੀਜ਼ਾ ਲੱਗਾ ਕਦੋਂ ਤੁਸੀਂ ਟਿਕਟ ਕਰਾਈ ਅਤੇ ਕਦੋਂ ਤੁਹਾਨੂੰ ਨਿਊਜ਼ ਮਿਲਦੀ ਆ ਕਿ ਨਿਊਜ਼ੀਲੈਂਡ ਦੇ ਬਾਰਡਰ ਜਿਹੜੇ ਉਹ ਬੰਦ ਹੋ ਚੁੱਕੇ ਨੇ ਪਹਿਲਾਂ ਤਾਂ ਮੈਂ ਰੇਡੀਓ ਸਾਡੇ ਵੱਲ ਅਤੇ ਸਾਡੇ ਵੱਲ ਟੀਵੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਜੀ ਤੁਸੀਂ ਇੱਕ ਮਾਈਗ੍ਰੈਂਟ ਦੀ ਆਵਾਜ਼ ਚੱਕ ਰਹੇ ਹੋ ਜੀ ਅਤੇ ਉਮੀਦ ਆ ਕਿ ਤੁਹਾਡੇ ਥਰੂ ਜਿਹੜੀ ਸਾਡੀ ਆਵਾਜ਼ ਹੈ ਉਹ ਨਿਊਜ਼ੀਲੈਂਡ ਗੌਰਮੈਂਟ ਅਤੇ ਜਿਹੜਾ ਸਾਡਾ ਸਿੱਖ ਭਾਈਚਾਰਾ ਨਿਊਜ਼ੀਲੈਂਡ ਵਾਸਤਾ ਆ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚੇਗੀ ਜੀ ਦੇਖੋ ਜੀ ਇੱਦਾਂ ਸੀ ਕਿ ਵੀਜ਼ਾ ਅਗਰ ਕਿਸੇ ਫੈਮਿਲੀ ਨੇ ਅਪਲਾਈ ਕੀਤਾ ਤਾਂ ਉਹ ਇੱਕ ਚੰਗੇ ਭਵਿੱਖ ਵਾਸਤੇ ਦੇਖਦਾ ਕਿ ਅਸੀਂ ਕਿਸੇ ਕੰਟਰੀ ਵਿੱਚ ਮੂਵ ਹੋ ਰਹੇ ਹਾਂ ਜੀ ਬਿਲਕੁਲ ਅਸੀਂ ਵੀ ਸੇਮ ਉਹੀ ਚੀਜ਼ ਸੋਚੀ ਕਿ ਚੰਗੇ ਭਵਿੱਖ ਵਾਸਤੇ ਅਸੀਂ ਇੱਥੋਂ ਆਪਣੀਆਂ ਜੋਬਾਂ ਛੱਡ ਕੇ ਵਾਈਫ ਨੇ ਆਪਣਾ ਬਿਜ਼ਨਸ ਛੱਡ ਕੇ ਅਸੀਂ ਹੋਰ ਅੱਛੇ ਭਵਿੱਖ ਵਾਸਤੇ ਨਿਊਜ਼ੀਲੈਂਡ ਦਾ ਅਪਲਾਈ ਕੀਤਾ ਸੀ ਵਾਈਫ ਦਾ ਵੀਜ਼ਾ ਲੱਗਿਆ ਜੀ ਵਾਈਫ ਨਿਊਜ਼ੀਲੈਂਡ ਪਹੁੰਚ ਗਏ ਜੀ ਉਸ ਤੋਂ ਇੱਕ ਡੇਢ ਮਹੀਨੇ ਬਾਅਦ ਮੇਰਾ ਜਿਹਦਾ ਵੀਜ਼ਾ ਲੱਗ ਗਿਆ ਵੀਜ਼ਾ ਲੱਗਣ ਤੋਂ ਬਾਅਦ 15-20 ਦਿਨ ਦਾ ਮੇਰਾ ਸਿਰਫ ਗੈਪ ਪਿਆ 19 ਤਰੀਕ ਨੂੰ ਲੋਕਡਾਊਨ ਹੋ ਗਿਆ 21 ਤਰੀਕ ਦੀ ਮੇਰੀ ਫਲਾਈਟ ਸੀ 21 ਮਾਰਚ ਜੀ ਸਿਰਫ 2 ਦਿਨ ਦਾ ਫਰਕ ਪਿਆ ਔਰ 20 ਮਾਰਚ ਨੂੰ ਮੈਂ ਜੋਬ ਛੱਡਤੀ ਸੀ ਤੁਸੀਂ ਆਲਰੇਡੀ ਬੈਂਕ ਦੀ ਜੋਬ ਕਰਦੇ ਹਾਂ ਮੈਂ ਬੈਂਕ ਦੀ ਜੋਬ ਕਰਦਾ ਸੀ ਸਿਰਫ 1 ਦਿਨ ਦਾ ਗੈਪ ਸੀ ਦੇਖੋ ਸਾਨੂੰ ਵੀ ਕੁਝ ਇਦਾਂ ਦਾ ਆਈਡੀਆ ਹੀ ਨਹੀਂ ਸੀ ਹੈਗਾ ਕਿ ਕੁਝ ਗਵਰਨਮੈਂਟ ਸਾਡੇ ਨਾਲ ਇਨਡਾਇਰੈਕਟਲੀ ਕਿਉਂਕਿ ਗਵਰਨਮੈਂਟ ਸਾਨੂੰ ਚੀਟ ਕਰੇਗੀ ਜੀ ਅਸੀਂ ਇੱਥੇ ਦੀ ਗਵਰਨਮੈਂਟ ਤੋਂ ਤੰਗ ਹੋ ਕੇ ਤੁਸੀਂ ਇਹ ਕਹਿ ਸਕਦੇ ਹੋ ਇੱਕ ਆਪਣੇ ਵੱਲੋਂ ਇਹ ਸੀ ਕਿ ਅੱਛੀ ਗਵਰਨਮੈਂਟ ਦੇ ਕੋਲ ਜਾ ਰਹੇ ਹਾਂ ਤੁਸੀਂ ਆਪਣਾ ਫਿਊਚਰ ਸਿਕਿਉਰ ਕਰਨ ਦੇ ਲਈ ਅਸੀਂ ਆਪਣਾ ਫਿਊਚਰ ਸਿਕਿਉਰ ਕਰਨ ਦੇ ਲਈ ਸਮਹਾਉ ਤੁਹਾਡਾ ਪ੍ਰੈਜ਼ੈਂਟ ਵੀ ਜਿਹੜਾ ਸਾਡਾ ਪ੍ਰੈਜ਼ੈਂਟ ਵੀ ਖਰਾਬ ਹੋ ਗਿਆ ਤੇ ਸਾਡਾ ਫਿਊਚਰ ਤਾਂ ਸਾਨੂੰ ਦਿਖ ਹੀ ਨਹੀਂ ਰਿਹਾ ਹੈਗਾ 1 ਦਿਨ ਦਾ ਫਰਕ ਪਿਆ 19 ਤਰੀਕ ਨੂੰ ਮੈਂ ਬੈਂਕ ਵਿੱਚ ਸੀ ਜਦੋਂ ਮੇਰੇ ਫਰੈਂਡ ਦਾ ਫੋਨ ਆਉਂਦਾ ਮੈਨੂੰ ਨਿਊਜ਼ੀਲੈਂਡ ਤੋਂ ਕਿ ਇੱਦਾਂ ਇੱਦਾਂ ਫਲਾਈਟਾਂ ਬੰਦ ਹੋ ਗਈਆਂ ਜੀ ਮੇਰੀ ਸਾਰੀ ਪੈਕਿੰਗ ਹੋਈ ਪਈ ਸੀ ਇਵਨ ਦੋ ਮੇਰੇ ਜਿਹੜੇ ਕੱਪੜੇ ਵੀ ਸੀ ਜਿਹੜੇ ਜਿੱਦਾਂ ਕਹਿ ਲੈਂਦੇ ਹੋ ਕਿ ਆਪਾਂ ਇੰਡੀਆ ਪਏ ਹੁੰਦੇ ਆ ਜਾਂ ਕੁਛ ਮੈਂ ਸਭ ਕੁਛ ਹੀ ਤਕਰੀਬਨ ਦੇ ਚੁੱਕਿਆ ਸੀ ਸਭ ਨੂੰ ਆਪਣੇ ਵੱਲੋਂ ਪੂਰੀ ਤਿਆਰੀ ਸੀ ਮੇਰੇ ਵੱਲੋਂ ਮੇਰੇ ਬੈਗ ਦੀ ਤਿਆਰੀ ਸੀ ਸਿਰਫ ਇੱਕ ਮੇਰਾ ਫਾਈਲ ਵਰਕ ਸੀ ਜਿਹੜਾ ਮੇਰਾ ਪੈਂਡਿੰਗ ਸੀ ਕਿ ਜਿਹੜਾ ਮੇਰਾ ਆਫੀਸ਼ੀਅਲ ਲੈਟਰ ਮੈਨੂੰ ਰਿਲੀਵਿੰਗ ਲੈਟਰ ਜਿਹਨੂੰ ਆਪਾਂ ਕਹਿੰਦੇ ਹਾਂ ਰਿਲੀਵਿੰਗ ਲੈਟਰ ਮਿਲਣਾ ਸੀ ਅਤੇ ਮੈਂ ਨੈਕਸਟ ਡੇ ਜਾਣਾ ਸੀ ਜਿਹੜਾ ਕਿ ਤੁਹਾਨੂੰ 19 ਤਰੀਕ ਨੂੰ ਲਿਵਿੰਗ ਲੈਟਰ ਮਿਲਣਾ 20 ਤਰੀਕ ਨੂੰ ਮਿਲਣਾ ਸੀ ਹਾਂਜੀ ਹੁਣ ਗੌਰਮੈਂਟ ਦੇ ਜਾਂ ਐਟਲੀਸਟ ਗੌਰਮੈਂਟ ਨੂੰ ਨਿਊਜ਼ੀਲੈਂਡ ਗੌਰਮੈਂਟ ਨੂੰ ਚਾਹੀਦਾ ਸੀ ਕਿ ਠੀਕ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਬਈ ਗੌਰਮੈਂਟ ਨੇ ਕੁਛ ਇੱਦਾਂ ਦਾ ਗਲਤ ਸਟੈਪ ਲਿਆ ਕਿ ਬਾਰਡਰ ਕਲੋਜ਼ ਨਹੀਂ ਸੀ ਕਰਨੇ ਚਾਹੀਦੇ ਇਹ ਹੈਗੀ ਬਿਮਾਰੀ ਚਲੋ ਇੱਦਾਂ ਦੀ ਸੀ ਉਸ ਟਾਈਮ ਕਿਸੇ ਨੂੰ ਕੁਛ ਨਹੀਂ ਸੀ ਪਤਾ ਹੈਗਾ ਐਟਲੀਸਟ ਇੱਕ ਸਮਾਰਟ ਗੌਰਮੈਂਟ ਆਪਾਂ ਬੋਲਦੇ ਹਾਂ ਕਿ ਫੋਰਨ ਦੀ ਗੌਰਮੈਂਟ ਸਮਾਰਟ ਹੁੰਦੀ ਹੈ ਇੱਕ ਸਮਾਰਟ ਗੌਰਮੈਂਟ ਹੋਣ ਦੇ ਨਾਤੇ ਐਟਲੀਸਟ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਤੁਹਾਡੇ ਕੋਲ 4 ਦਿਨ 5 ਦਿਨ 2 ਦਿਨ ਐਟਲੀਸਟ ਹੈਗੇ ਆ ਕਿ ਜਿਹਨੇ ਆਉਣਾ ਆ ਸਕਦਾ ਜਿਹਨੇ ਰਹਿਣਾ ਰਹਿ ਸਕਦਾ ਜੀ ਹੁਣ ਤੁਹਾਨੂੰ 21 ਤਰੀਕ ਦੀ ਤੁਹਾਡੀ ਟਿਕਟ ਹੈ 19 ਤਰੀਕ ਸ਼ਾਮ ਨੂੰ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਜੀ ਬਾਰਡਰ ਕਲੋਜ਼ ਹੋ ਗਏ ਤੁਸੀਂ ਦੱਸੋ ਕੀ ਕਰ ਸਕਦੇ ਆ ਉਧਰੋਂ ਜੌਬ ਚਲੇਗੀ ਇੱਕ ਵਾਰੀ ਤਾਂ ਹਿੱਲ ਗਿਆ ਹੋਣਾ ਨਾ ਇੱਦਾਂ ਹੈਗਾ ਜੀ ਦੇਖੋ ਤੁਸੀਂ ਰਿਜ਼ਾਈਨ ਪਾਇਆ ਹੋਇਆ ਤੁਹਾਡੀ ਨੈਕਸਟ ਡੇ ਲੀਵਿੰਗ ਹੈ ਉਸ ਤੋਂ ਅਗਲੇ ਦਿਨ ਤੁਸੀਂ ਨਿਊਜ਼ੀਲੈਂਡ ਜਾਣਾ ਸੀ ਜੀ ਹੁਣ ਉਹ ਇੱਕ
कहना नहीं चाहिए, एक पंजाबी च कहावत बोलते हैं भी धोबी का कुत्ता ना घर ना घर जी अच्छा ना इस मौके के उत्ते एक चीज़ सा जरूर साझी करो क्योंकि किसी का न्यूजीलैंड का वीज़ा लगता तो किसी भी मुल्क का वीज़ा जो लगता है ना तो वह जरूर अपने यार दोस्तों दसदा आ रिश्तेदार दस दिता कि हाँ भी हूँ मैं चले जाना है तो वो समहाओ तुम दस्या भी जरूर होना ਇਹ ਤਾਂ ਜੀ ਤੁਹਾਨੂੰ ਪਤਾ ਪੰਜਾਬੀਆਂ ਦੀ ਇੱਕ ਨੋਰਮਲ ਗੱਲ ਹੈ ਜੀ, ਜਦੋਂ ਆਪਾਂ ਫੋਰਨ ਜਾਣਾ ਹੁੰਦਾ ਤਾਂ ਤਕਰੀਬਨ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੀ ਹੁੰਦਾ ਜੀ। ਉਸ ਦਿਨ ਮੈਨੂੰ 19 ਤਰੀਕ ਨੂੰ ਤਾਂ ਚਲੋ ਸ਼ਾਮ ਨੂੰ ਪਤਾ, 20 ਤਰੀਕ ਨੂੰ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਗਿਆ ਜੀ, ਮੇਰੇ ਕੋਲ ਘੱਟੋ ਘੱਟ 20 ਤੋਂ 25 ਕਾਲਸ ਆਈਆਂ ਹੋਣੀਆਂ ਜੀ ਸਾਰੇ ਰਿਸ਼ਤੇਦਾਰ 'ਚ। ਈਵਨ ਹੁਣ ਵੀ ਕਿਸੇ ਨਾਲ ਗੱਲ ਕਰਦੇ ਹੀ ਫੋਨ 'ਤੇ, ਮੰਨ ਲਓ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੇ ਹਾਂ ਜੀ, ਉਹਨਾਂ ਦਾ ਪਹਿਲਾ ਕੁਐਸਚਨ ਇਹ ਹੁੰਦਾ ਜੀ ਕਿ ਜਗਵਿੰਦਰ ਕਿੱਦਾਂ ਪਹੁੰਚ ਗਿਆ ਆ। ਉਹਨਾਂ ਨੂੰ ਨਹੀਂ ਸਮਝਾ ਸਕਦੇ ਆਪਾਂ ਕਿ ਕੀ ਹਾਲਾਤ ਨੇ ਉੱਥੇ ਜੀ। ਸਭ ਜਿਹੜੇ ਨੋਰਮਲ ਲੋਕ ਹੈ ਜੀ, ਕੋਈ ਇੰਡੀਆ ਦਾ ਪੰਜਾਬੀ ਭਾਈਚਾਰਾ ਜਿਹੜਾ ਇੱਥੇ ਆਪਣਾ ਰਹਿ ਰਿਹਾ, ਉਹਨਾਂ ਵਾਸਤੇ ਫੋਰਨ ਦੀ ਗੌਰਮੈਂਟ ਬਹੁਤ ਅੱਛੀ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਫੋਰਨ ਦੀ ਗੌਰਮੈਂਟ ਹੀ ਸਾਡੇ ਨਾਲ ਕਿੰਨਾ ਧੱਕਾ ਕਰ ਰਹੀ ਹੈ। ਜਿੱਦਾਂ ਤੁਹਾਡੇ ਵਾਈਫ ਉੱਥੇ ਆ ਹੈ ਨਾ, ਤਾਂ ਹੁਣ ਵੀ ਹਰ ਰੋਜ਼ ਕਾਲ ਦੇ ਉੱਤੇ ਅਕਸਰ ਇਹ ਗੱਲ ਹੁੰਦੀ ਹੋਣੀ ਕਿ ਕਦੋਂ ਇਹ ਚੀਜ਼ਾਂ ਜਿਹੜੀਆਂ ਜਿਹੜੇ ਬਾਰਡਰ ਆ ਹੁਣ ਫਿਰ ਤੋਂ ਖੁੱਲ੍ਹਣਗੇ, ਕਿਉਂਕਿ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤੁਹਾਨੂੰ ਵੀ ਜਾਣ ਦਾ ਹੈ ਨਾ। ਬਹੁਤ ਟਫ ਹੈ ਜੀ ਲਾਈਫ, ਇੱਕ ਜਦੋਂ ਤੁਹਾਨੂੰ ਕਨਫਰਮ ਹੁੰਦਾ ਨਾ ਜੀ ਕਿ ਤੁਸੀਂ ਜਾਂ ਤਾਂ ਇਹ ਹੁੰਦਾ ਕਨਫਰਮ ਤੁਸੀਂ 6 ਮਹੀਨੇ ਬਾਅਦ ਚਲੇ ਜਾਣਾ, ਬੰਦੇ ਦੀ ਕੁਛ ਪਲੈਨਿੰਗ ਉਸ ਹਿਸਾਬ ਨਾਲ ਹੁੰਦੀ ਹੈ, ਔਰ ਸਾਹਮਣੇ ਵਾਲੇ ਨੂੰ ਇੱਕ ਉਮੀਦ ਹੁੰਦੀ ਹੈ ਕਿ ਚਲੋ ਕੋਈ ਨਹੀਂ ਮੈਂ ਔਖਾ ਸੌਖਾ ਐਡਜਸਟ ਕਰ ਲੈਣਾ ਆ ਜੀ। ਸਾਡਾ ਤਾਂ ਇਹ ਹੈ ਕਿ ਡੇਲੀ ਸਵੇਰੇ ਉੱਠੋ, ਡੇਲੀ ਸਵੇਰੇ ਸੋਚਣਾ ਸ਼ੁਰੂ ਕਰੋ, ਜਿੰਨੀ ਦੇਰ ਗੱਲ ਹੋਣੀ ਬਸ, ਮਤਲਬ ਹਰ ਦੂਜੇ ਦਿਨ ਇੱਕ ਨਿਰਾਸ਼ਾ ਇਹੀ ਆਉਂਦੀ ਹੈ ਕਿ ਕੁਛ ਨਹੀਂ ਪਤਾ ਫਿਊਚਰ ਦਾ ਕਿੱਥੇ ਜਾਏਗਾ ਕਿੱਥੇ ਨਹੀਂ ਜਾਏਗਾ। ਇੱਥੇ ਫਿਊਚਰ ਬਚਿਆ ਨਹੀਂ ਹੈਗਾ ਜੀ, ਸਾਡਾ ਬੈਂਕਿੰਗ ਇੰਡਸਟਰੀ ਹੈਗੀ ਹੈ ਬਹੁਤ ਛੋਟੀ ਹੈਗੀ ਹੈ, ਕੋਈ ਵੀ ਗੱਲ ਹੁੰਦੀ ਹੈ, ਮੰਨ ਲਓ ਜਿੱਦਾਂ ਮੈਂ ਰਿਜ਼ਾਈਨ ਪਾਇਆ ਸੀ, ਰਿਜ਼ਾਈਨ ਪਾਉਣ ਲੱਗਿਆਂ ਸਾਨੂੰ ਇਹ ਦੱਸਣਾ ਪੈਂਦਾ ਕਿ ਆਪਾਂ ਇਮੀਡੀਏਟ ਲੀਵਿੰਗ ਲੈ ਰਹੇ ਹਾਂ, ਇੱਕੋ ਦਮ ਜਾ ਰਹੇ ਹਾਂ, ਕਿਉਂ ਜਾ ਰਹੇ ਹਾਂ, ਉੱਥੇ ਸਾਨੂੰ ਮੈਂਸ਼ਨ ਕਰਨਾ ਪੈਂਦਾ ਕਿ ਜੀ ਮੈਂ ਬਾਹਰ ਜਾ ਰਿਹਾ ਇੱਥੋਂ ਸਾਰਾ ਕੁਛ ਛੱਡ ਕੇ ਜੀ। ਹੁਣ ਅਗਰ ਮੈਂ ਜੋਬ ਵਾਸਤੇ ਦੁਬਾਰਾ ਅਪਲਾਈ ਕਰਦਾ ਸੇਮ ਫੀਲਡ ਦੇ ਵਿੱਚ, ਤਕਰੀਬਨ ਉਹ ਛੋਟੀ ਜਿਹੀ ਇੰਡਸਟਰੀ, ਉਹਨਾਂ ਨੂੰ ਸਭ ਨੂੰ ਪਤਾ ਹੁੰਦਾ ਕਿ ਇਸ ਬੰਦੇ ਨੇ ਅੱਜ ਨਹੀਂ ਤਾਂ 6 ਮਹੀਨੇ ਨੂੰ ਚਲਾ ਜਾਣਾ, ਅਤੇ ਕੋਈ ਵੀ ਜੋਬ ਨਹੀਂ ਦੇ ਰਿਹਾ ਜੀ। ਹੁਣ ਨਾ ਤਾਂ ਸਾਡੇ ਕੋਲ ਇੱਥੇ ਜੋਬ ਹੈ ਜੀ, ਜਿਹੜਾ ਪੈਸਾ ਹੈਗਾ ਸੀ ਜੀ ਉਹ ਸਾਰਾ ਅਸੀਂ ਲਾ ਕੇ ਵਾਈਫ ਨੂੰ ਬਾਹਰ ਭੇਜ ਚੁੱਕੇ ਹਾਂ ਜੀ। ਮਤਲਬ ਇੱਕ ਬਾਰਡਰ ਕਰੋਸ ਦੇ ਫੈਸਲੇ ਨੇ ਜ਼ਿੰਦਗੀ ਜਿਹੜੀ ਆ ਉਹ ਕਿਤੇ ਨਾ ਕਿਤੇ ਖੜੀ ਕਰ ਦਿੱਤੀ ਆ ਜ਼ਿੰਦਗੀ ਜੀ, ਇੱਕ ਕਹਿ ਸਕਦੇ ਹੋ ਜੀ ਤਬਾਹ ਹੋਣ ਦੀ ਕਗਾਰ 'ਤੇ ਹੈ ਜੀ, ਲਾਈਫ ਸਪੋਇਲ ਹੋ ਗਈ ਹੈ ਜੀ, ਨਾ ਤਾਂ ਤੁਹਾਡੀ ਕੋਈ ਪਰਸਨਲ ਲਾਈਫ ਬਚੀ ਹੈ ਜੀ, ਫਾਈਨੈਂਸ਼ੀਅਲ ਤੌਰ 'ਤੇ ਜੀ ਇੰਨੇ ਵੀਕ ਹੋ ਚੁੱਕੇ ਹੈ ਜੀ ਕਿ ਹੁਣ ਇੱਕ ਵਾਈਫ ਗਏ ਹਾਂ ਜੀ ਉੱਥੇ, ਉਹਨਾਂ ਨੇ ਸਟੱਡੀ ਕਰਨੀ ਸੀ, ਕਮਾਉਣ ਵਾਲਾ ਉਹਦੇ ਵਿੱਚ ਅਗਰ ਮੈਂ ਜਾਂਦਾ ਜੀ ਮੈਂ ਹੀ ਕਮਾਉਣਾ ਸੀ, ਮੈਂ ਹੀ ਸਾਰਾ ਕੁਛ ਸੈਟਲ ਕਰਨਾ ਸੀ ਜੀ। ਹੁਣ ਮੈਂ ਇੱਥੇ ਬੈਠਾ ਹੋਇਆ ਜੀ, ਮੇਰੇ ਇੱਥੇ ਆਪਣੇ ਖਰਚੇ ਹੈ ਜੀ, ਉੱਥੇ ਉਹ ਆਪਣਾ ਕਮਾ ਰਹੇ ਹੈ ਜੀ, ਆਪਣਾ ਖਾ ਰਹੇ ਹਾਂ, ਉਹਦਾ ਕੀ ਕਰਾਂਗੇ ਜਿਹੜਾ ਅਸੀਂ ਇੰਨਾ ਪੈਸਾ ਲਾਇਆ ਹੈਗਾ ਜੀ, ਉਹ ਕਿੱਥੋਂ ਕਦੇ ਕਦੋਂ ਪੂਰਾ ਕਰਾਂਗੇ। ਕੀ ਕਾਰਨ ਕੀ ਲੱਗਦਾ ਜਗਵਿੰਦਰ, ਕੀ ਕਾਰਨ ਹੈ ਕਿ ਹਾਲੇ ਤੱਕ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ, ਅਸੀਂ ਵੀ ਰੇਡੀਓ ਸਾਡੇ ਵਾਲਾ ਟੀ ਵੀ ਦੇ ਉੱਤੇ ਲਗਾਤਾਰ ਇਹ ਚੀਜ਼ਾਂ ਸ਼ੇਅਰ ਕਰਦੇ ਆ ਰਹੇ ਹਾਂ, 1.5 ਸਾਲ ਦਾ ਤਕਰੀਬਨ ਲੰਬਾ ਸਮਾਂ ਹੋ ਚੁੱਕਿਆ ਆ, 550 ਦਿਨ ਹੋ ਚੁੱਕੇ ਆ ਮਾਈਗ੍ਰੇਂਟਸ ਉੱਥੇ ਸਟੱਕ ਹੋਇਆਂ ਨੂੰ, ਹਰ ਰੋਜ਼ ਆਵਾਜ਼ਾਂ ਉੱਠਦੀਆਂ ਨੇ, ਹਰ ਰੋਜ਼ ਵੱਖ ਵੱਖ ਰੇਡੀਓ ਚੈਨਲਾਂ ਦੇ ਉੱਤੇ ਜਿਹੜੀਆਂ ਆਵਾਜ਼ਾਂ ਉੱਠਦੀਆਂ ਨੇ, ਪਰ ਹਾਲੇ ਤੱਕ ਵੀ ਬਾਤ ਨਹੀਂ ਬਣੀ ਮਾਈਗ੍ਰੇਂਟਸ ਦੀ, ਕੀ ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਤਾਂ ਜੀ ਹੁਣ ਦੇਖੋ ਜੀ, ਸਾਡੇ ਹਿਸਾਬ ਨਾਲ ਤਾਂ ਜੋ ਕਰਨ ਵਾਲੀ ਨਿਊਜ਼ੀਲੈਂਡ ਗੌਰਮੈਂਟ ਕਰਨ ਵਾਲੀ ਆ ਜੀ, ਕਈ ਵਾਰੀ ਇੰਨੀ ਜ਼ਿਆਦਾ ਨਿਰਾਸ਼ਾ ਹੁੰਦੀ ਹੈ ਜੀ, ਉਹੀ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਤਾਂ ਇਹ ਸੋਚਿਆ ਸੀ ਕਿ ਸਮਾਰਟ ਗੌਰਮੈਂਟ ਹੈ ਜੀ, ਹੋਰ ਵੀ ਗੌਰਮੈਂਟ ਹੈਗੇ ਜੀ, ਕੈਨੇਡਾ ਦੇਖ ਲਓ ਜੀ, ਉਹਨਾਂ ਨੇ ਸਾਫ਼ ਕਹਿ ਦਿੱਤਾ ਜੀ ਜਿਹਦੇ ਡਬਲ ਵੈਕਸੀਨੇਸ਼ਨ ਹੈਗੀ ਆ ਉਹ ਈਜ਼ੀਲੀ ਆ ਸਕਦੇ ਆ, ਯੂਕੇ ਨੇ ਬੈਨ ਹਟਾ ਦਿੱਤਾ ਜੀ ਇੰਡੀਆ ਤੋਂ ਜਿੱਦਾਂ ਕੱਲ੍ਹ ਹਟਾ ਦਿੱਤਾ ਜੀ, ਅਸੀਂ ਚਾਹੁੰਦੇ ਹਾਂ ਜੀ ਕਿ ਉਹ ਵੀ ਗੌਰਮੈਂਟ ਸਮਾਰਟ ਬਣੇ ਜੀ, ਪੜ੍ਹੇ ਲਿਖੇ ਹੈਗੇ ਆ ਜੀ, ਅੱਛੀਆਂ ਕੰਟਰੀਆਂ ਦੇ ਵਿੱਚ ਰਹਿਣ ਵਾਲੇ ਲੋਕ ਹੈ, ਇਹਨਾਂ ਨੂੰ ਬਹੁਤ ਛੋਟਾ ਡਿਸੀਜਨ ਹੈ ਜੀ। ਜੋ ਸੋਚਿਆ ਸੀਗਾ ਨਿਊਜ਼ੀਲੈਂਡ ਸਰਕਾਰ ਦੇ ਬਾਰੇ ਕਿ ਨਿਊਜ਼ੀਲੈਂਡ ਕੰਟਰੀ ਐਵੇਂ ਦੀ ਆ, ਨਿਊਜ਼ੀਲੈਂਡ ਸਰਕਾਰ ਉਹ ਐਵੇਂ ਦੀ ਆ, ਕਿ ਹੁਣ ਫਿਰ ਉਹ ਪਰਸਪੈਕਟਿਵ ਚੇਂਜ ਹੋਇਆ ਸਰਕਾਰ ਦੇ ਪ੍ਰਤੀ? ਕਿਤੇ ਜੀ ਮਨ ਦੇ ਵਿੱਚ ਗਿਲਾ ਜ਼ਰੂਰ ਹੈਗਾ ਜੀ, ਜਦੋਂ ਨਿਊਜ਼ੀਲੈਂਡ ਦਾ ਅਪਲਾਈ ਕਰਨਾ ਸੀ ਜੀ, ਬਹੁਤ ਸਾਰੇ ਯਾਰਾਂ ਦੋਸਤਾਂ ਨੇ ਸਲਾਹ ਦਿੱਤੀ ਸੀ ਕਿ ਬਈ ਕੈਨੇਡਾ ਦਾ ਅਪਲਾਈ ਕਰੋ, ਅਸੀਂ ਇਹ ਸੋਚਦੇ ਸੀ ਕਿ ਬਈ ਨਹੀਂ ਨਿਊਜ਼ੀਲੈਂਡ ਗੌਰਮੈਂਟ ਮਤਲਬ ਬਾਕੀਆਂ ਨਾਲੋਂ ਅੱਛੀ ਹੈਗੀ ਆ, ਉਹ ਜ਼ਿਆਦਾ ਸੋਚਦੇ ਆ ਮਾਈਗ੍ਰੈਂਟਸ ਦਾ, ਪਰ ਹੁਣ ਜਿੱਦਾਂ ਦੇ ਹਾਲਾਤ ਲੱਗ ਰਹੇ ਆ ਜੀ, ਹੁਣ ਤਾਂ ਇਹ ਲੱਗ ਰਿਹਾ ਜੀ ਕਿ ਵੀ ਸਾਡਾ ਡਿਸੀਜਨ ਇਹ ਬਹੁਤ ਗਲਤ ਸੀ ਜੀ। ਸਮਹਾਓ ਕਹਿਣਾ ਚਾਹੀਦਾ, ਜੇਕਰ ਇਹੀ ਚੀਜ਼ ਲੰਮੇ ਸਮੇਂ ਤੱਕ ਚੱਲਦੀ ਹੈ ਫਿਊਚਰ ਕੀ ਹੋਊਗਾ? ਮੈਂ ਫਿਊਚਰ ਤਾਂ ਜੀ ਡਿਸਟਰੋਏ ਸਮਝ ਰਿਹਾ ਜੀ ਆਪਣੇ ਆਪ ਨੂੰ ਫਿਲਹਾਲ ਤਾਂ ਘੜੀ ਜੀ, ਨਾ ਦੇਖੋ ਉਹੀ ਕਹਿ ਰਿਹਾ ਜੀ, ਨਾ ਤਾਂ ਅਸੀਂ ਇੱਧਰ ਜੋਬ ਕਰ ਸਕਦੇ ਹਾਂ, ਵਾਈਫ ਦੇ ਨਾਂ 'ਤੇ ਇੰਸਟੀਟਿਊਟ ਸੀ ਜੀ ਉਹ ਅਸੀਂ ਬੰਦ ਕਰਵਾ ਦਿੱਤਾ ਜੀ,
वो आके नहीं चला सकते जी हुण दुबारा जी, क्योंकि सानू पेपर वर्क उहदा सारा सबमिट वापस कर चुके हैं, बैंक अकाउंट से वो क्लोज करवा कर चुके हैं जी सारा कुछ। अगर उन्होंने भी इधर बुलाते हैं और जिन्ना पैसा असी हुण तक उन्हां ते लगाया जी, वो आने वाले असी 5-7 साल नहीं पूरा कर सकते जी। जी तो आप लगा लो जी, बहुत मुश्किल हो जाएगा जी। पंजाबी भाईचारा जिहड़ा न्यूजीलैंड वसदा उहनां तों की उम्मीद है तुहाडी? बहुत ज़्यादा उम्मीद है जी पंजाबी भाईचारे चों जी। असी तो तकरीबन 1.5 साल हो गया जी पंजाबी भाईचारे के कॉन्टैक्ट में है जी। तकरीबन तकरीबन ला के चलो हर दूजे दिन साड़ी किसी ना गल हुंदी है जी। जी बहुत बहुत जने है जी, हुण मैं नाम नहीं, किसी सिंगल परसन का नाम नहीं लेना चाहता है, काफ़ी जने अपने पंजाबी भाईचारे के जिहड़े साडे कॉन्टैक्ट में है और डेली ही कुछ ना कुछ साढ़े वास्ते कर रहे हैं। मैं तह दिलों सारे का बहुत बहुत धन्यवादी हाँ जिहड़े माइग्रेंट्स की एक दर्द नूं समझ रहे हैं और उन्हां वास्ते कुछ ना कुछ कर रहे हैं जी। बिल्कुल मैं काफ़ी लोगों के नाल मिलदा हाँ हर रोज़, असी यही गलबात न्यूजीलैंड रिगार्डिंग ही कर रहे हैं। बहुत सारिया फैमिलियाँ जिदा तुहानूं भी बहुत सारे मिलते होने कि लोग जिहड़े एवें स्टक ने? बहुत ज़्यादा जी, तकरीबन साडा एक ग्रुप हैगा जी, समझ लो जिदा जी अजक नॉर्मली एक ग्रुप बन जाता है जी। साडा 400 to 500 जने है जी इंडिया के जी, जिहड़े टोटल ग्रुप जिहदे विचों 200-250 प्लस बच्चा जिहड़ा है। हालात जिहड़े आ सब दे हालात वर्स टू वर्स है जी। मैनू कल ही एक फोन आया सी मुंडे का कि वो हसबेंड वाइफ दोनों ही इंडिया है जी, 5 महीने बाद वाइफ उन्हां दी समहाउ उन्हां दे किसी दे घर दे विच कोई प्रॉब्लम आ गई सी तो वो वापस आ गए सी जी। 5 महीने बाद हसबेंड दा वीज़ा लग्या सी, वो भी इत्थे है जी, वाइफ भी उधरों आ गए हैं जी। पैसा जिहड़ा इनवैसट कीता सी स्टडी ते सारा जी वो उधर है जी, हुण ना तां उधर जा सकदे ना हसबेंड इधर जा सकदा सी। पैसा उन्हां ने कुछ जमीन वेची सी, कुछ कर्जा चक्किया सी। हुण वो कल उहदा फोन आया, वो रो रहा सी कि भाजी करजे वाले घर आने शुरू हो गए हैं, भी की करिए असी जदों इदा स्टोरी या इदा का किसी का सुनीदा है जी, तो बहुत दुख लगता जी। असी तो न्यूजीलैंड गवर्नमेंट को यह कहने कि वी आर ह्यूमन नोट वायरस, एटलीस्ट एक ह्यूमन के नाते ही सोच लो कि साड़ी क्या कंडीशन होएगी। तुसी किसी नू फैमिली तो अलग करना एक किते दा भी इंसाफ नहीं है जी। ये न्यूजीलैंड गवर्नमेंट नूं भी समझना चाहिए आ, ये साडा जिहड़ा सिख भाईचारा उत्थे हैगा जी, असी उन्हां अगे हाथ जोड़ के बेनती करते हैं कि सारे इकट्ठे हो के साडी आवाज़ चको। नो डाउट के असी ये नहीं कह रहे कि भाई साडी आवाज़ नहीं चक रहे, साडी आवाज़ चक रहे हैं, पर एक साडे वालों हाथ जोड़ के बेनती है कि सारे इकट्ठे हो के आवाज़ चको, जे इकट्ठ है तो उहदे विच ये सब है जी। ठीक भाई, इसी जगविंदर भाई हुणी जिन्हां दे नाल असी गलबात की, जिन्होंने दस्सिया कि जिहड़ा वह कहना चाहते न्यूजीलैंड सरकार नूं कहना चाहते हैं दैट वी आर ह्यूमन नॉट वायरस। फैमिली तो जिहड़ा वक्ख कीता गया आ, बॉर्डर क्लोज़ के फैसले ने फैमिली तो वक्ख होए बैठे ने, ते बाकी हालात जिहड़े आ वह लगातार जिहड़े माइग्रेंट्स के हालात आ वह बद तो बदतर जिहड़े आ हो रहे हैं, वर्स्ट जिहड़े मैं कह रहा कि हो रहे हैं। लगातार स्टोरियां तुहाडे नाल असी रेडियो साडे वाला टीवी के उत्ते साझियां कर रहे हैं, तो उम्मीद करते हैं तुसी इन स्टोरियां नूं शेयर करो ताकि लोकल MPs हो गए जां फिर न्यूजीलैंड गवर्नमेंट तक इन लोगों की आवाज़ जिहड़ी आ जरूर पहुँच सके, ताकि इन लोगों कितना कितने कोई रास्ता जिहड़ा आ वो जरूर मिल सके। धन्यवाद।